ਬੇਸ਼ੱਕ ਦੁਨੀਆ ਇੰਨੀ ਜ਼ਿਆਦਾ ਐਡਵਾਂਸ ਮਾਡਰਨ ਹੋ ਗਈ ਹੈ, ਇੰਨੀ ਅੱਗੇ ਵੱਧ ਗਈ ਹੈ, ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਰੋਬੋਟਿਕਸ ਦਾ, ਟੈਕਨੋਲੋਜੀ ਦਾ, AI ਦਾ ਜ਼ਮਾਨਾ ਆ, ਪਰ ਇਸ ਜ਼ਮਾਨੇ ਦੇ ਵਿੱਚ ਵੀ ਉਹ ਜਿਹੜੇ ਆਦਿਵਾਸੀ ਲੋਕ ਆ, ਪੱਥਰਾਂ ਨਾਲ ਅੱਗ ਬਾਲਣ ਵਾਲੇ, ਬਾਂਸ ਦੀ ਰਗੜ ਦੇ ਨਾਲ ਅੱਗ ਬਾਲਣ ਵਾਲੇ, ਪੱਤੇ ਖਾ ਕੇ, ਮਾਸ ਖਾ ਕੇ ਗੁਜ਼ਾਰਾ ਕਰਨ ਵਾਲੇ ਵੀ ਤੁਹਾਨੂੰ ਮਿਲ ਜਾਣਗੇ। ਜੀ ਹਾਂ, ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਬਾਰੇ, ਉਸ ਆਈਲੈਂਡ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਬਾਹਰਲੀ ਦੁਨੀਆ ਦੇ ਨਾਲ ਬਿਲਕੁਲ ਵੀ 1% ਵੀ ਕੋਈ ਨਾਤਾ ਨਹੀਂ ਆ। ਨੌਰਥ ਸੈਂਟੀਨਲ ਆਈਲੈਂਡ, ਜਿਹੜਾ ਕਿ ਭਾਰਤ ਦੇ ਅੰਡੇਮਾਨ ਨਿਕੋਬਾਰ ਦਾ ਟਾਪੂ ਦਾ ਹੀ ਇੱਕ ਹਿੱਸਾ ਹੈ, ਅਤੇ ਇੱਥੇ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਸੈਂਟੀਨਲੀਜ਼ ਕਬੀਲੇ ਦੇ ਲੋਕ ਕਿਹਾ ਜਾਂਦਾ ਹੈ। ਇਹ ਕਬੀਲੇ ਦੇ ਲੋਕਾਂ ਦਾ ਬਾਹਰਲੀ ਦੁਨੀਆ ਨਾਲ ਕੋਈ ਵਾ ਵਾਸਤਾ ਨਹੀਂ ਹੈ। ਇਹ ਦੁਨੀਆ ਦਾ ਆਖਰੀ ਇਹੋ ਜਿਹਾ ਕਬੀਲਾ ਆ ਜਿਸ ਨੂੰ ਬਾਹਰ ਦੀ ਦੁਨੀਆ ਦਾ, ਸੰਸਾਰ ਦਾ ਕੁਝ ਨਹੀਂ ਪਤਾ, ਅਤੇ ਇਸ ਕਬੀਲੇ ਦੇ ਲੋਕ ਇਹੋ ਜਿਹੇ ਜਿਨ੍ਹਾਂ ਨੇ ਤਿਲਾਂ ਦੀ ਡੱਬੀ ਤੱਕ ਵੀ ਨਹੀਂ ਦੇਖੀ। ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਆ, ਇਹ ਅੱਜ ਵੀ ਬਾਂਸ ਦੀ ਰਗੜ ਦੇ ਨਾਲ, ਪੱਥਰਾਂ ਦੀ ਰਗੜ ਦੇ ਨਾਲ ਅੱਗ ਬਾਲਦੇ ਆ, ਆਪਣਾ ਢਿੱਡ ਭਰਨ ਦੇ ਵਾਸਤੇ ਸ਼ਿਕਾਰ ਕਰਦੇ ਆ, ਮਾਸ ਖਾਂਦੇ ਆ, ਜਿਹੜੇ ਫਲ ਆ ਜਾਂ ਪੱਤੇ ਆ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰਦੇ ਆ, ਸਰੀਰ ਢੱਕਣ ਦੇ ਵਾਸਤੇ ਕੱਪੜੇ ਨਹੀਂ, ਜੰਗਲੀ ਫੁੱਲਾਂ ਦੀ ਜਾਂ ਫਿਰ ਪੱਤਿਆਂ ਦੀ ਵਰਤੋਂ ਕਰਦੇ ਨੇ, ਸਰੀਰ ਦੇ ਉੱਤੇ ਲਾਲ ਅਤੇ ਚਿੱਟੀ ਮਿੱਟੀ ਦੀਆਂ ਧਾਰੀਆਂ ਵਾ ਕੇ ਸਰੀਰ ਨੂੰ ਸਜਾ ਲੈਂਦੇ ਆ। ਅਤੇ ਇਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ 10,000 ਤੋਂ 30,000 ਸਾਲ ਪਹਿਲਾਂ ਇਹ ਲੋਕ ਉਸ ਟਾਪੂ 'ਤੇ ਆਏ ਸੀ, ਅਤੇ ਉਦੋਂ ਤੋਂ ਉਹਨਾਂ ਦੀ ਜਿਹੜੀ ਅੱਗੇ ਵੰਸ਼ਜ ਆ, ਉਦੋਂ ਤੋਂ ਉਹ ਲੋਕ ਇਸ ਟਾਪੂ 'ਤੇ ਰਹਿ ਰਹੇ ਨੇ। ਬਾਹਰ ਦੀ ਦੁਨੀਆ ਦਾ ਉਹਨਾਂ ਨੂੰ ਕੁਛ ਨਹੀਂ ਪਤਾ, ਉਹ ਪਸੰਦ ਵੀ ਨਹੀਂ ਕਰਦੇ ਕਿ ਅਸੀਂ ਬਾਹਰਲੀ ਦੁਨੀਆ ਦੇ ਨਾਲ, ਲੋਕਾਂ ਦੇ ਨਾਲ ਮਿਲੀਏ, ਜਾਂ ਫਿਰ ਬਾਹਰੋਂ, ਉਸ ਟਾਪੂ ਤੋਂ ਬਾਹਰੋਂ ਕੋਈ ਵੀ ਸਾਡੇ ਵਿੱਚ ਆਵੇ, ਆਸ ਪਾਸ ਵੀ ਉਹ ਕਿਸੇ ਨੂੰ ਨੇੜੇ ਲੱਗਣ ਨਹੀਂ ਦਿੰਦੇ। ਜੇਕਰ ਉਹ ਕਿਸੇ ਨੂੰ ਦੇਖਦੇ ਆਪਣੇ ਟਾਪੂ ਦੇ ਆਲੇ ਦੁਆਲੇ ਦੂਰ ਦੂਰ ਤੱਕ ਵੀ, ਤਾਂ ਉਹਦੇ ਉੱਤੇ ਤੀਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ। ਉਹਨਾਂ ਨੂੰ ਹਿੰਸਕ ਕਿਸਮ ਦੇ ਲੋਕ ਕਿਹਾ ਜਾਂਦਾ ਹੈ ਕਿਉਂਕਿ ਉਹ ਕਿਸੇ ਦੇ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਦੇ, ਅਤੇ ਵੱਡੀ ਗੱਲ ਉਹਨਾਂ ਦੀ ਭਾਸ਼ਾ ਦੁਨੀਆ ਭਰ ਦੇ ਵਿੱਚ ਕਿਸੇ ਵੀ ਹੋਰ ਇਨਸਾਨ ਦੀ ਸਮਝ ਵਿੱਚ ਨਹੀਂ ਆ ਸਕਦੀ। ਇਹ ਨਾਮੁਮਕਿਨ ਹੈ ਕਿ ਉਹਨਾਂ ਦੇ ਕਬੀਲੇ ਤੋਂ ਛੁੱਟ ਕੋਈ ਹੋਰ ਬਾਹਰਲਾ ਉਹਨਾਂ ਦੇ ਨਾਲ ਗੱਲਬਾਤ ਕਰ ਸਕੇ। ਉਹ ਲੋਕ ਇਹ ਵੀ ਮੰਨਿਆ ਜਾਂਦਾ ਹੈ ਕਿ ਆਪਣੇ ਆਈਲੈਂਡ ਤੋਂ ਬਾਹਰ ਦੀ ਦੁਨੀਆ ਦੇ ਵਿੱਚ ਜ਼ਿੰਦਾ ਵੀ ਨਹੀਂ ਰਹਿ ਸਕਦੇ, ਕਿਉਂਕਿ ਇੱਕ ਵਾਰ ਮੌਰਿਸ ਵਾਈਡਲ ਪੋਰਟਮੈਨ ਨਾਮ ਦੇ ਅਫਸਰ ਨੇ ਉਹਨਾਂ ਨੂੰ ਸਮਾਜ ਵਿੱਚ ਮਿਲਾਉਣ ਦੀ ਖਾਤਰ, ਉਹਨਾਂ ਦੇ ਨਾਲ ਦੋਸਤੀ ਕਰਨ ਦੀ, ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਵੇਂ ਕਰਦਾ? ਇੱਕ ਤਾਂ ਉਹ ਆਪਣੇ ਨੇੜੇ ਕਿਸੇ ਨੂੰ ਲੱਗਣ ਨਹੀਂ ਦਿੰਦੇ, ਪਹਿਲਾਂ ਹੀ ਹਮਲਾ ਕਰ ਦਿੰਦੇ, ਦੂਜਾ ਉਹਨਾਂ ਦੀ ਜਿਹੜੀ ਭਾਸ਼ਾ ਆ ਉਹਨੂੰ ਕੋਈ ਨਹੀਂ ਸਮਝ ਸਕਦਾ, ਉਹਨਾਂ ਦੇ ਨਾਲ ਗੱਲਬਾਤ ਹੀ ਨਹੀਂ ਕੋਈ ਕਰ ਸਕਦਾ। ਤਾਂ ਉਹਨੇ ਕੀ ਕੀਤਾ, ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਇੱਕ ਬਜ਼ੁਰਗ ਜੋੜਾ ਉਹਨੂੰ ਕਿਤੇ ਮਿਲਿਆ ਹੋਵੇਗਾ, ਉਹਨੂੰ ਕਿਡਨੈਪ ਕਰ ਲਿਆ, ਨਾਲ ਚਾਰ ਬੱਚੇ ਵੀ ਕਿਡਨੈਪ ਕਰ ਲਏ, ਉਹਨਾਂ ਨੂੰ ਪੋਰਟ ਬਲੇਅਰ ਦੇ ਉੱਤੇ ਲੈ ਜਾਂਦਾ। ਹੁਣ ਇਹ ਲੋਕ ਕਈ ਅਰਸਿਆਂ ਤੋਂ, ਕਈ ਹਜ਼ਾਰਾਂ ਸਾਲ ਪਹਿਲਾਂ ਤੋਂ ਉਸ ਟਾਪੂ 'ਤੇ ਰਹਿ ਰਹੇ ਨੇ। ਰਹਿਣ ਸਹਿਣ, ਖਾਣ ਪੀਣ, ਉੱਠਣਾ ਬੈਠਣਾ, ਵਾਤਾਵਰਨ, ਮਾਹੌਲ, ਬਿਮਾਰੀਆਂ, ਸਾਰਾ ਕੁਛ ਹੀ ਇਹਨਾਂ ਦਾ ਸਾਡੇ ਨਾਲੋਂ ਅਲੱਗ ਆ। ਹੁਣ ਬਾਹਰ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਕੀਟਾਣੂ, ਨਵੀਆਂ ਬਿਮਾਰੀਆਂ, ਆਸ ਪਾਸ ਜਿਹੜੇ ਵਾਇਰਸ ਆ, ਫਲੂ ਆ, ਕਿੰਨਾ ਕੁਛ ਇਸ ਸੰਸਾਰ ਦੇ ਵਿੱਚ ਜਿਹਦੇ 'ਚ ਆਪਾਂ ਰਹਿ ਰਹੇ ਹਾਂ, ਆਪਣੀ ਇਮਿਊਨਿਟੀ ਉਸ ਹਿਸਾਬ ਦੇ ਨਾਲ ਬਣੀ ਹੋਈ ਹੈ, ਪਰ ਇਹ ਹਜੇ ਵੀ ਹਜ਼ਾਰਾਂ ਸਾਲ ਪਹਿਲਾਂ ਦੇ ਇਨਸਾਨ ਵਾਂਗ ਜਿਉਂਦੇ ਨੇ। ਤਾਂ ਉਹ ਜਿਹੜਾ ਬਜ਼ੁਰਗ ਜੋੜਾ ਸੀ ਉਹ ਨਹੀਂ ਰਹਿ ਸਕਿਆ, ਕੁਛ ਦਿਨਾਂ ਬਾਅਦ ਮਰ ਗਿਆ। ਤਰਸ ਦੇ ਆਧਾਰ 'ਤੇ ਉਹਨਾਂ ਬੱਚਿਆਂ ਨੂੰ ਦੁਬਾਰਾ ਤੋਂ ਉਸ ਟਾਪੂ ਦੇ ਉੱਤੇ ਛੱਡ ਆਏ। ਸੋ ਇਸ ਕਰਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਉਸੇ ਆਈਲੈਂਡ ਦੇ ਉੱਤੇ ਹੀ ਸੁਰੱਖਿਅਤ ਰਹਿ ਸਕਦੇ ਨੇ। 1970 ਦੇ ਵਿੱਚ ਇੰਡੀਅਨ ਰਿਸਰਚ ਟੀਮ ਦੇ ਵੱਲੋਂ ਜਾ ਕੇ ਇੱਕ
ਨੀਂਹ ਪੱਥਰ ਵਜੋਂ ਉੱਥੇ ਪੱਥਰ ਦੇ ਉੱਤੇ ਇਹ ਲਿਖ ਦਿੱਤਾ, ਇਕਰਾਰ ਕਰ ਦਿੱਤਾ ਕਿ ਇਹ ਇੰਡੀਅਨ ਟੈਰੀਟਰੀ ਦਾ ਹਿੱਸਾ ਆ। 1974 ਦੇ ਵਿੱਚ ਇੱਕ ਫਿਲਮ ਦੀ ਟੀਮ ਗਈ ਜਿਹਨੇ ਉਹਨਾਂ ਦੇ ਆਈਲੈਂਡ ਦੇ ਉਹ ਕਬੀਲੇ ਦੇ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਡਾਕੂਮੈਂਟਰੀ ਬਣਾਉਣੀ ਚਾਹੀ ਅਤੇ ਉਹਨਾਂ ਨੇ ਉਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਨਾ ਚਾਹਿਆ। ਉਹਨਾਂ ਨੇ ਕੀ ਕੀਤਾ, ਇਸ ਆਈਲੈਂਡ ਦੇ ਜਾ ਕੇ ਉਸ ਕੰਢੇ 'ਤੇ ਪਾਸੇ 'ਤੇ ਉਹਨਾਂ ਨੇ ਕੁਛ ਤੋਹਫ਼ੇ ਰੱਖ ਦਿੱਤੇ ਜਿਨ੍ਹਾਂ ਦੇ ਵਿੱਚ ਨਾਰੀਅਲ ਰੱਖੇ ਜਾਂ ਜ਼ਿੰਦਾ ਸੂਰ ਰੱਖੇ। ਤਾਂ ਆਪ ਥੋੜ੍ਹੀ ਦੂਰੀ ਦੇ ਉੱਤੇ ਦੇਖਣ ਲੱਗੇ ਕਿ ਜਦੋਂ ਕਬੀਲੇ ਦੇ ਲੋਕ ਇਹਨਾਂ ਨੂੰ ਦੇਖਣਗੇ ਤੋਹਫ਼ਿਆਂ ਨੂੰ ਤਾਂ ਕਿਹੋ ਜਿਹਾ ਰਿਐਕਸ਼ਨ ਕਰਨਗੇ ਦੇਣਗੇ। ਤਾਂ ਥੋੜ੍ਹੀ ਕੁ ਦੇਰ ਬਾਅਦ ਕੀ ਦੇਖਦੇ ਨੇ ਕਿ ਕਬੀਲੇ ਦੇ ਲੋਕ ਇੱਕਦਮ ਤੀਰਾਂ ਦੇ ਨਾਲ ਇਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ, ਇਹਨਾਂ ਦੀ ਕਿਸ਼ਤੀ ਦੇ ਉੱਤੇ, ਜਹਾਜ਼ ਦੇ ਉੱਤੇ। ਤਾਂ ਉਹ ਇੱਕ ਤੀਰ ਫਿਲਮ ਦੇ ਡਾਇਰੈਕਟਰ ਨੂੰ ਵੀ ਲੱਗਦਾ ਹੈ, ਪਰ ਇਹ ਪਹਿਲਾ ਇਹੋ ਜਿਹਾ ਸਮਾਂ ਆ ਜਦੋਂ ਇਸ ਕਬੀਲੇ ਦੇ ਲੋਕਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਅਤੇ ਦੁਨੀਆ ਇਹਨਾਂ ਨੂੰ ਦੇਖ ਸਕੀ ਕਿ ਇਹੋ ਕਿਹੋ ਜਿਹੇ ਦਿਖਦੇ ਨੇ। ਅਤੇ ਇਹਨਾਂ ਦਾ ਹੁਲੀਆ ਉਸੇ ਤਰ੍ਹਾਂ ਦਾ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸ ਚੁੱਕੇ ਹਾਂ। 1981 ਦੇ ਵਿੱਚ ਇਸ ਕਬੀਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਦੋਂ ਇੱਕ ਪ੍ਰਾਈਮਰੋਜ਼ ਨਾਮ ਦਾ ਸਮੁੰਦਰੀ ਜਹਾਜ਼ ਬੰਗਲਾਦੇਸ਼ ਤੋਂ ਆਸਟ੍ਰੇਲੀਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਸਮੁੰਦਰ ਦੇ ਵਿੱਚ ਭਿਆਨਕ ਤੂਫਾਨ ਆ ਗਿਆ। ਬਚਾਵ ਦੀ ਖਾਤਰ ਇਸ ਆਈਲੈਂਡ ਦੇ ਉੱਤੇ ਉਹ ਜਹਾਜ਼ ਰੁਕ ਗਿਆ, ਉਹਦੇ ਜਿਹੜੇ ਵਿੱਚ ਵਪਾਰੀ ਸੀਗੇ ਜਾਂ ਜਿਹੜੇ ਲੋਕ ਸੀਗੇ ਉਹ ਰੁਕ ਗਏ। ਹੁਣ ਹਮੇਸ਼ਾ ਦੀ ਤਰ੍ਹਾਂ ਇਹ ਆਈਲੈਂਡ ਦੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ, ਪਸੰਦ ਨਹੀਂ ਕਰਦੇ ਕਿ ਕੋਈ ਇਸ ਆਈਲੈਂਡ ਦੇ ਨੇੜੇ ਤੇੜੇ ਵੀ ਪਿਣਕੇ, ਤਾਂ ਇਹਨਾਂ ਦੇ ਉੱਤੇ ਉਹ ਹਮਲਾ ਕਰ ਦਿੰਦੇ ਨੇ। ਪਰ ਦੂਰ ਹੋਣ ਦਾ ਕਰਕੇ ਅਤੇ ਤੂਫਾਨ ਬਹੁਤ ਤੇਜ਼ ਹੋਣ ਦਾ ਕਰਕੇ ਤੀਰ ਇਸ ਜਹਾਜ਼ ਦੇ ਲੋਕਾਂ ਨੂੰ ਨਹੀਂ ਲੱਗਦੇ, ਕਿਸੇ ਨਾ ਕਿਸੇ ਤਰ੍ਹਾਂ ਇਹ ਉਹਨਾਂ ਨੂੰ ਆਪਣੇ ਤੋਂ ਦੂਰ ਰੱਖਦੇ, ਆਪਣਾ ਬਚਾਵ ਕਰਕੇ ਰੱਖਦੇ ਨੇ। ਕੁਛ ਦਿਨਾਂ ਬਾਅਦ ਹੈਲੀਕਾਪਟਰ ਆ ਕੇ ਇਹਨਾਂ ਨੂੰ ਬਚਾ ਕੇ ਲੈ ਜਾਂਦਾ ਹੈ। ਪਰ ਇਹ ਬਹੁਤ ਵੱਡੀ ਘਟਨਾ ਸੀ ਜਿਨ੍ਹਾਂ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਬਦਲਾਵ ਲੈ ਕੇ ਆਉਂਦਾ, ਕਿਉਂਕਿ ਪਹਿਲੀ ਵਾਰ ਇਸ ਘਟਨਾ ਦੇ ਦੌਰਾਨ ਇਹਨਾਂ ਨੇ ਲੋਹਾ ਦੇਖਿਆ ਉਸ ਜਹਾਜ਼ ਨੂੰ ਜਿਹੜਾ ਲੋਹਾ ਲੱਗਾ ਪਿਆ ਸੀ, ਕਿਉਂਕਿ ਉਸ ਘਟਨਾ ਤੋਂ ਬਾਅਦ ਜਦੋਂ ਕਦੇ ਵੀ ਇਹਨਾਂ ਨੇ ਕਿਸੇ 'ਤੇ ਹਮਲਾ ਕੀਤਾ ਤਾਂ ਇਹਨਾਂ ਦੇ ਤੀਰਾਂ ਦੇ ਮੂਹਰੇ ਲੋਹਾ ਲੱਗਾ ਹੁੰਦਾ ਸੀ, ਜਿਹੜਾ ਕਿ ਇਹ ਕਿਹਾ ਜਾਂਦਾ ਕਿ ਇਹਨਾਂ ਨੇ ਉਸ ਜਹਾਜ਼ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਤੀਰਾਂ ਦੇ ਉੱਤੇ ਵਰਤਿਆ। ਉਸ ਜਹਾਜ਼ ਦਾ ਮਲਬਾ ਤੁਸੀਂ ਅੱਜ ਵੀ ਗੂਗਲ ਮੈਪਸ ਦੇ ਉੱਤੇ ਨੌਰਥ ਸੈਂਟੀਨਲ ਆਈਲੈਂਡ ਭਰ ਕੇ ਇਸ ਬਾਰੇ ਦੇਖ ਸਕਦੇ ਹੋ। ਅਤੇ 1991 ਦੇ ਵਿੱਚ ਪਹਿਲੀ ਵਾਰ ਇੱਕ ਬੜੀ ਹੀ ਅਲੱਗ ਚੀਜ਼ ਦੇਖਣ ਨੂੰ ਮਿਲੀ ਜਦੋਂ ਇਹਨਾਂ ਨੇ ਕਿਸੇ ਦੇ ਨਾਲ ਪਿਆਰ ਦੇ ਨਾਲ ਇਹ ਪੇਸ਼ ਆਏ। ਮਧੂਬਾਲਾ ਨਾਮ ਦੀ ਇੱਕ ਪਹਿਲੀ ਭਾਰਤੀ ਮਨੋਵਿਗਿਆਨ ਔਰਤ ਜਿਹੜੀ ਕਿ ਇੱਥੇ ਇਸ ਆਈਲੈਂਡ 'ਤੇ ਗਈ ਆਪਣੀ ਛੋਟੀ ਜਿਹੀ ਟੀਮ ਦੇ ਨਾਲ, ਅਤੇ ਨਾਲ ਹੀ ਉਹਨੇ ਕੋਈ ਹਥਿਆਰ ਨਹੀਂ ਲਏ, ਬਿਨਾਂ ਹਥਿਆਰਾਂ ਤੋਂ ਗਈ, ਜਾ ਕੇ ਨਾਰੀਅਲ ਵੰਡੇ, ਹੱਥੋਂ ਹੱਥੀ ਫੜਾਏ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਉਹ ਨਾਰੀਅਲ ਫੜੇ ਵੀ ਉਸ ਟੀਮ ਤੋਂ, ਮਧੂਬਾਲਾ ਤੋਂ, ਅਤੇ ਇਹਨਾਂ 'ਤੇ ਕੋਈ ਹਮਲਾ ਨਹੀਂ ਕੀਤਾ। ਉਸ ਤੋਂ ਬਾਅਦ 2 ਵਾਰ ਫਿਰ ਇਸੇ ਤਰ੍ਹਾਂ ਹੋਇਆ ਕਿ ਇਹਨਾਂ ਨੇ ਜਿਹੜੇ ਤੋਹਫੇ ਸੀ ਉਹ ਕਬੂਲੇ ਅਤੇ ਕੋਈ ਹਮਲਾ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਇਹੋ ਜਿਹਾ ਵਾਪਰਿਆ ਕਿ ਦੁਬਾਰਾ ਤੋਂ ਇਹ ਹਿੰਸਕ ਹੋ ਗਏ, ਦੁਬਾਰਾ ਤੋਂ ਇਹਨਾਂ ਨੇ ਕਿਸੇ ਨੂੰ ਵੀ ਆਪਣੇ ਆਈਲੈਂਡ ਦੇ ਨੇੜੇ ਨਹੀਂ ਆਉਣ ਦਿੱਤਾ ਅਤੇ ਇਹ ਹਮਲਾ ਕਰ ਦਿੰਦੇ ਸੀ। ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ 1997 ਤੋਂ ਬਾਅਦ ਫਿਰ ਸਰਕਾਰ ਨੇ ਪਾਬੰਦੀ ਹੀ ਲਾ ਦਿੱਤੀ, ਪੂਰਨ ਤੌਰ 'ਤੇ ਬੈਨ ਲਾ ਦਿੱਤਾ ਕਿ ਜੇਕਰ ਇਹ ਕਬੀਲੇ ਦੇ ਲੋਕ ਬਾਹਰ ਨਹੀਂ ਮੇਲ ਮਿਲਾਪ ਕਰਨਾ ਚਾਹੁੰਦੇ, ਨਹੀਂ ਆਉਣਾ ਚਾਹੁੰਦੇ, ਤਾਂ ਇਹਨਾਂ ਨੂੰ ਇਹਨਾਂ ਦੇ ਹਾਲ 'ਤੇ ਛੱਡ ਦਿੱਤਾ ਜਾਵੇ, ਕਿ ਬੈਨ ਲਾ ਤਾ ਕਿ ਇਸ ਕਬੀਲੇ ਦੇ ਲੋਕਾਂ ਦੇ ਵੱਲ ਜਾਂ ਇਸ ਆਈਲੈਂਡ ਵੱਲ ਕੋਈ ਨਹੀਂ ਜਾਵੇਗਾ। 2004 ਵਿੱਚ ਭਿਆਨਕ ਸੁਨਾਮੀ ਆਈ ਤਾਂ ਆਰਮੀ ਦਾ ਜਿਹੜਾ ਸਰਕਾਰ ਦੇ ਵੱਲੋਂ ਹੈਲੀਕਾਪਟਰ ਭੇਜਿਆ ਗਿਆ ਦੇਖਣ ਦੇ ਲਈ ਕਿ ਇਸ ਕਬੀਲੇ ਦੇ ਲੋਕ ਠੀਕ ਨੇ, ਕਿਵੇਂ ਨੇ, ਇੱਥੇ ਹੜ੍ਹ ਆਇਆ ਜਾਂ ਸੁਨਾਮੀ ਆਈ ਜਾਂ ਫਿਰ ਨਹੀਂ ਆਈ। ਪਰ ਇਹ ਦੇਖਿਆ ਗਿਆ ਕਿ ਉਹ ਹੈਲੀਕਾਪਟਰ ਨੀਵਾਂ ਹੋਣ ਦਾ ਕਰਕੇ ਤੀਰਾਂ ਦਾ ਹਮਲਾ ਉਸ ਹੈਲੀਕਾਪਟਰ 'ਤੇ ਵੀ ਹੋਇਆ, ਜਿੱਥੋਂ ਇਹ ਪਤਾ ਲੱਗਾ ਕਿ ਇਸ ਕਬੀਲੇ ਦੇ ਲੋਕ ਹਜੇ ਵੀ ਇੱਥੇ ਹਨ ਅਤੇ ਠੀਕ ਹਨ। 2006 ਦੇ ਵਿੱਚ 2 ਮਛੇਰੇ ਜਿਹੜੇ ਕਿ ਜਾਣੇ ਅਣਜਾਣੇ ਉਸ ਸਾਈਡ ਵੱਲ ਨੂੰ ਚਲੇ ਗਏ, ਉਹਨਾਂ 'ਤੇ ਵੀ ਤੀਰਾਂ ਦਾ ਹਮਲਾ ਹੋਇਆ ਅਤੇ ਉਹ ਮਾਰੇ ਗਏ। ਫਿਰ ਸਰਕਾਰ ਦੇ ਵੱਲੋਂ
ਇਹ ਕਿਹਾ ਗਿਆ ਕਿ ਇਹਨਾਂ ਵੱਲ ਜਾਣਾ ਦੂਰ ਦੀ ਗੱਲ, ਆਸ ਪਾਸ ਵੀ 5 ਕਿਲੋਮੀਟਰ ਦੇ ਘੇਰੇ ਦੇ ਆਸ ਪਾਸ ਕੋਈ ਨਹੀਂ ਜਾ ਸਕਦਾ, ਇੱਕ ਸੀਮਾ ਤੈਅ ਕਰ ਦਿੱਤੀ। ਹੁਣ ਆਪਾਂ 2018 ਨਵੰਬਰ ਦੀ ਇੱਕ ਸਭ ਤੋਂ ਵੱਡੀ ਅਤੇ ਹੈਰਾਨੀ ਵਾਲੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜਦੋਂ ਇੱਕ ਸਿਰ ਫਿਰਿਆ ਕਹਿ ਸਕਦੇ ਹਾਂ ਜਾਂ ਇੱਕ ਇਹੋ ਜਿਹਾ ਬੰਦਾ ਜੌਨ ਐਲਨ ਚਾਓ ਨਾਮ ਦਾ, ਜੋ ਕਿ ਆਪਣੇ ਈਸਾਈਅਤ ਧਰਮ ਦਾ ਪ੍ਰਚਾਰ ਕਰਨ ਦੇ ਲਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਆਈਲੈਂਡ 'ਤੇ ਪਹੁੰਚਦਾ ਆ, ਕਿ ਮੈਂ ਇਸ ਆਈਲੈਂਡ ਦੇ ਜਿਹੜੇ ਲੋਕ ਆ, ਕਬੀਲੇ ਦੇ ਲੋਕ ਆ, ਉਹਨਾਂ ਨੂੰ ਈਸਾਈਅਤ ਧਰਮ ਦਾ ਜਿਹੜਾ ਪਾਠ ਆ ਉਹ ਪੜ੍ਹਾ ਕੇ ਆਵਾਂ, ਉਹਨਾਂ ਨੂੰ ਦੱਸ ਕੇ ਆਵਾਂ ਕਿ ਜੀਸਸ ਕੌਣ ਆ, ਜਾਂ ਜੋ ਵੀ ਉਹ ਦੱਸਣਾ ਚਾਹੁੰਦਾ ਸੀ, ਪ੍ਰਚਾਰ ਕਰਨਾ ਚਾਹੁੰਦਾ ਸੀ। ਉਹ ਕੀ ਕਰਦਾ, ਇਸ ਆਈਲੈਂਡ ਦੇ ਲਾਗੇ ਵਾਲੇ ਆਈਲੈਂਡ ਤੋਂ ਇੱਕ ਕਿਸੇ ਮੱਛੀਆਂ ਫੜਨ ਵਾਲੇ ਨੂੰ ਲੈਂਦਾ ਹੈ, ਉਸਨੂੰ ਰਿਸ਼ਵਤ ਦਿੰਦਾ ਅਤੇ ਕਹਿੰਦਾ ਹੈ ਕਿ ਮੈਨੂੰ ਇਸ ਕਬੀਲੇ ਦੇ ਜਿਹੜਾ ਆਈਲੈਂਡ ਆ ਉਹਦੇ ਲਾਗੇ ਛੱਡਿਆ। ਉਹ ਮਛੇਰਾ ਇਸ ਬੰਦੇ ਨੂੰ ਛੱਡ ਕੇ ਆਉਂਦਾ ਆ। ਨਾਲ ਇੱਥੇ ਵੀ ਦੱਸਣਾ ਜ਼ਰੂਰੀ ਸਮਝਾਂ ਕਿ ਇਹ ਜੌਨ ਨਾਮ ਦਾ ਬੰਦਾ ਆਪਣੇ ਨਾਲ ਕੁਛ ਚੀਜ਼ਾਂ ਲੈ ਕੇ ਜਾਂਦਾ ਆ, ਕੈਂਚੀਆਂ, ਕੈਮਰਾ, ਇੱਕ ਬੇੜੀ, ਸੁੱਕੀਆਂ ਮੱਛੀਆਂ, ਇੱਕ ਫੁੱਟਬਾਲ ਅਤੇ ਬਾਈਬਲ, ਜਿਹਨੂੰ ਇਹ ਸਮਝਦਾ ਸੀ ਕਿ ਬਾਈਬਲ ਮੈਂ ਉਹਨਾਂ ਨੂੰ ਤੋਹਫੇ ਦੇ ਵਜੋਂ ਦੇਵਾਂਗਾ। 14 ਨਵੰਬਰ 2018 ਦੀ ਰਾਤ ਨੂੰ ਇਹ ਜਾਂਦਾ ਆ ਅਤੇ 15 ਨਵੰਬਰ ਸਵੇਰ ਨੂੰ ਇਹ ਆਈਲੈਂਡ ਦੇ ਨੇੜੇ ਪਹੁੰਚ ਜਾਂਦਾ ਹੈ। ਇਸ ਨੂੰ ਇੱਕ ਘਰ ਦਿਖਦਾ ਆ, ਦੋ ਕੁ ਔਰਤਾਂ ਦਿਖਦੀਆਂ ਆਪਸ ਵਿੱਚ ਗੱਲਾਂ ਕਰਦੀਆਂ, ਉਹਨਾਂ ਦੀ ਆਵਾਜ਼ ਇਸ ਨੂੰ ਸੁਣਦੀ ਹੈ ਅਤੇ ਨਾਲ ਹੀ ਇਹ ਹਜੇ ਉੱਥੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਕਿ ਪਹਿਲਾਂ ਹੀ ਕਬੀਲੇ ਦੇ ਦੋ ਬੰਦਿਆਂ ਵੱਲੋਂ ਤੀਰ ਕੱਢ ਕੇ ਇਹਦੇ ਵੱਲ ਨਿਸ਼ਾਨਾ ਲਾਉਣ ਦੀ ਉਹ ਸੇਧ ਵਿੱਚ ਹੁੰਦੇ ਨੇ, ਤਾਂ ਇਹ ਉੱਚੀ ਉੱਚੀ ਬੋਲਣ ਲੱਗ ਜਾਂਦਾ ਹੈ ਕਿ ਪਹਿਲਾਂ ਹੀ ਆਪਣਾ ਬਚਾਵ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਮੈਨੂੰ ਜੀਸਸ ਨੇ ਤੁਹਾਡੇ ਕੋਲ ਭੇਜਿਆ ਆ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਇਆ, ਮੈਂ ਤੁਹਾਡੇ ਵਾਸਤੇ ਤੋਹਫੇ ਲੈ ਕੇ ਆਇਆ, ਇਹ ਕਹਿੰਦਾ ਆ। ਅਤੇ ਉੱਧਰੋਂ ਉਹ ਇਹਦੇ ਵੱਲ ਹਮਲਾ ਕਰਨ ਦੀ ਪੂਰੀ ਤਾਕ ਵਿੱਚ ਸੀ ਕਿ ਇਹ ਫਟਾਫਟ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਜਾਇਆ ਜਾਂਦਾ ਆ। ਕੁਛ ਕੁ ਘੰਟਿਆਂ ਬਾਅਦ ਇਹ ਕਿਸੇ ਹੋਰ ਪਾਸੇ ਤੋਂ ਫਿਰ ਤੋਂ ਉਸ ਆਈਲੈਂਡ ਵੱਲ ਉਹਨਾਂ ਲੋਕਾਂ ਵੱਲ ਆਉਂਦਾ ਆ, ਤਾਂ ਇਸ ਨੂੰ ਸੁਣਦਾ ਹੈ ਕਿ ਦੂਰੋਂ ਕੁਛ ਬੰਦੇ ਨੂੰ ਵੇਖ ਕੇ ਰੌਲਾ ਪਾ ਰਹੇ ਨੇ, ਕੁਛ ਬੋਲ ਰਹੇ ਨੇ। ਪਹਿਲਾਂ ਜੋ ਇਹ ਬੋਲ ਰਿਹਾ ਸੀ ਉਹ ਕਬੀਲੇ ਦੇ ਲੋਕਾਂ ਨੂੰ ਨਹੀਂ ਸਮਝ ਆਈ, ਹੁਣ ਉਹ ਜੋ ਬੋਲ ਰਹੇ ਸੀ ਉਹ ਇਹਨੂੰ ਸਮਝ ਵਿੱਚ ਨਹੀਂ ਸੀ ਆ ਰਿਹਾ। ਉਹ ਇਹ ਕੀ ਸਮਝਦਾ, ਦੁਨੀਆਂ ਦਾ ਕੋਈ ਵੀ ਇਨਸਾਨ ਉਹਨਾਂ ਦੀ ਭਾਸ਼ਾ ਨੂੰ ਨਹੀਂ ਸਮਝ ਸਕਦਾ। ਤਾਂ ਇਹ ਹੌਲੀ ਹੌਲੀ ਉਸ ਟਾਪੂ ਦੇ ਨੇੜੇ ਪਹੁੰਚਦਾ ਆ, ਉੱਤਰ ਕੇ ਕਿਸੇ ਬੱਚੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਾਈਬਲ ਕੱਢ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹਨੇ ਨੂੰ ਫਿਰ ਤੋਂ ਇੱਕ ਤੀਰ ਦੇ ਨਾਲ ਹਮਲਾ ਹੁੰਦਾ ਹੈ ਜਿਹੜਾ ਕਿ ਬਾਈਬਲ ਦੇ ਵਿੱਚ ਵੱਜਦਾ ਹੈ। ਇਹਦੀ ਕਿਸਮਤ ਸੀ ਕਿ ਇਹਦੀ ਜਾਨ ਬਚ ਗਈ, ਇਹ ਫਟਾਫਟ ਜਾਨ ਬਚਾ ਕੇ ਭੱਜਦਾ ਹੈ, ਪਰ ਇਹਦੀ ਕਿਸ਼ਤੀ ਜਿਹੜੀ ਕਿ ਪਹਿਲਾਂ ਹੀ ਇਹਦੇ ਕੋਲੋਂ ਖੋਹ ਲਈ ਜਾਂਦੀ ਹੈ, ਤਾਂ ਇਹ ਤੈਰ ਕੇ ਉੱਥੋਂ ਦੂਰ ਨਿਕਲਦਾ ਆ, ਜਾਨ ਬਚਾ ਲੈਂਦਾ ਹੈ। ਤਾਂ ਇਹ ਇੰਨਾ ਹੈਰਾਨ ਹੁੰਦਾ ਆ, ਇਹ ਲਿਖਦਾ ਆ ਕਿ ਇਹ ਕਿਹੋ ਜਿਹੇ ਲੋਕ ਆ ਜਿਨ੍ਹਾਂ ਨੇ ਕਦੇ ਉਸ ਗੋਡ ਦਾ ਲੋਰਡ ਦਾ ਨਾਮ ਹੀ ਨਹੀਂ ਸੁਣਿਆ। ਇਹ ਫੈਸਲਾ ਛੱਡ ਦਿੰਦਾ ਹੈ ਕਿ ਮੈਂ ਵਾਪਸ ਨਹੀਂ ਜਾਵਾਂਗਾ, ਮੈਨੂੰ ਆਪਣੀ ਜਾਨ ਪਿਆਰੀ ਹੈ। ਪਰ ਬਾਅਦ ਵਿੱਚ ਪਤਾ ਨਹੀਂ ਇਹਦੇ ਮਨ 'ਚ ਕੀ ਆਉਂਦਾ ਹੈ ਕਿ ਮੈਂ ਦੁਬਾਰਾ ਜਾਵਾਂਗਾ, ਮੈਂ ਜੀਸਸ ਦਾ ਜਿਹੜਾ ਉੱਥੇ ਉਹਦੇ ਬਾਰੇ ਦੱਸ ਕੇ ਆਵਾਂਗਾ। ਤਾਂ ਇਹ ਆਪਣੀ ਮਰ ਮਿਟਣ ਦਾ ਜਿਹੜਾ ਇੱਕ ਸੰਕਲਪ ਲੈ ਕੇ ਉੱਥੇ ਫਿਰ ਤੋਂ ਪਹੁੰਚ ਜਾਂਦਾ ਹੈ, ਅਤੇ ਜਿਹੜਾ ਮਛੇਰਾ ਇਹਨੂੰ ਉੱਥੇ ਛੱਡ ਕੇ ਆਉਂਦਾ ਹੈ ਉਹ ਇਹ ਦੇਖਦਾ ਹੈ ਦੂਰੋਂ ਕਿ ਕੁਛ ਸਮੇਂ ਬਾਅਦ ਉਸ ਕਬੀਲੇ ਦੇ ਲੋਕ ਇਹਦੀ ਡੈੱਡ ਬੋਡੀ ਨੂੰ ਚੱਕੀ ਫਿਰਦੇ ਨੇ, ਉਹ ਕੱਪੜਿਆਂ ਤੋਂ ਪਛਾਣਦਾ ਹੈ ਜਿਸ ਨੂੰ ਇਹ ਮਿੱਟੀ ਦੇ ਵਿੱਚ ਦੱਬ ਦਿੰਦੇ ਨੇ। ਸੋ ਇਹ ਕਿਹਾ ਜਾ ਸਕਦਾ ਹੈ, ਵਾਰ ਵਾਰ ਜਦੋਂ ਇਹਨਾਂ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਬਾਹਰਲੇ ਲੋਕਾਂ ਦੇ ਵੱਲੋਂ, ਸਰਕਾਰ ਦੇ ਵੱਲੋਂ, ਭਾਰਤ ਦੇ ਵੱਲੋਂ, ਜਾਂ ਹੋਰ ਵੱਖ ਵੱਖ ਤਰੀਕਿਆਂ ਦੇ ਨਾਲ, ਜੇ ਆਸ ਪਾਸ ਕਿਸੇ ਨੂੰ ਕਿਸ਼ਤੀ ਨੂੰ ਦੇਖਦੇ ਆ, ਜਾਣੇ ਅਣਜਾਣੇ ਵੀ ਕੋਈ ਪਹੁੰਚ ਜਾਂਦਾ ਹੈ, ਤਾਂ ਉਹ ਵਾਪਸ ਜਿੰਦਾ ਨਹੀਂ ਬਚਦਾ, ਕਿ ਇਹ ਕਬੀਲੇ ਦੇ ਲੋਕ ਬਾਹਰਲੇ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਮਿਲਣਾ ਚਾਹੁੰਦੇ, ਕਿਸੇ ਹਾਲ ਵਿੱਚ ਵੀ ਨਹੀਂ। ਆਪਣੀ ਜ਼ਿੰਦਗੀ ਦੇ ਵਿੱਚ ਇਹ ਆਪਣੀ ਹੀ ਦੁਨੀਆ ਦੇ ਵਿੱਚ ਬਹੁਤ ਖੁਸ਼ ਨੇ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਜਿਸ ਆਈਲੈਂਡ 'ਤੇ ਰਹਿੰਦੇ ਉਹ ਬਹੁਤ ਹੀ ਛੋਟਾ ਜਿਹਾ ਟਾਪੂ ਆ, ਪਰ ਉਹ ਇੱਕ ਸੰਘਣਾ ਜੰਗਲ ਆ। ਇਹ ਉੱਥੇ ਦਰੱਖਤ ਕੱਟਦੇ ਹੋਣਗੇ, ਲੱਕੜਾਂ ਤੋਂ ਅੱਗ ਵੀ ਬਾਲਦੇ ਹੋਣਗੇ, ਜਾਨਵਰਾਂ ਨੂੰ ਮਾਰ ਕੇ ਖਾਂਦੇ ਵੀ ਹੋਣਗੇ,
ਪੱਤਿਆਂ ਨੂੰ ਵੀ ਤੋੜ ਕੇ ਆਪਣਾ ਜੋ ਵੀ ਇਹ ਗੁਜ਼ਾਰਾ ਕਰਦੇ ਆ, ਪਰ ਫਿਰ ਵੀ ਉਹ ਸੰਘਣਾ ਜੰਗਲ ਆ ਅਤੇ ਜੀਵ ਜੰਤੂ ਉੱਥੇ ਆ, ਜਾਨਵਰਾਂ ਦੇ ਵਿੱਚ ਰਹਿੰਦੇ ਆ, ਕੁਦਰਤ ਦੇ ਨਾਲ ਪੂਰਾ ਮੇਲ ਮਿਲਾਪ ਬਣਾ ਕੇ ਇਹ ਉੱਥੇ ਰਹਿੰਦੇ ਨੇ। ਅਤੇ ਇਹਨਾਂ ਦੀ ਜਿਹੜੀ ਵਸੋਂ ਆ ਉਹ ਵੀ ਕੋਈ ਜ਼ਿਆਦਾ ਨਹੀਂ, ਕਿ ਇਹ ਕਹਿ ਦਿੱਤਾ ਜਾਂਦਾ ਨਾ ਜਿਹੜੇ ਲੋਕ ਅਨਪੜ੍ਹ ਆ ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਹੁੰਦੇ ਆ। ਇਹਨਾਂ ਦੇ ਸਿਰਫ 200-250 ਲੋਕ ਇਸ ਕਬੀਲੇ ਦੇ ਵਿੱਚ ਰਹਿੰਦੇ ਨੇ। ਇਹਨਾਂ ਦੀ ਅੱਗੇ ਆਬਾਦੀ ਵੱਧਦੀ ਵੀ ਹੈ, ਪਰ ਕੋਈ ਵੀ ਓਵਰ ਪਾਪੂਲੇਸ਼ਨ ਨਾ ਇਹਨਾਂ ਇਸ ਕਬੀਲੇ ਦੇ ਵਿੱਚ ਨਹੀਂ ਹੈ। ਕੁਦਰਤ ਦੇ ਨਾਲ ਇੱਕ ਸਾਰਤਾ ਬਣਾ ਕੇ ਇਹ ਲੋਕ ਇਸ ਕਬੀਲੇ ਦੇ ਇਸ ਆਈਲੈਂਡ 'ਤੇ ਰਹਿੰਦੇ ਨੇ। ਹੁਣ ਇਸ ਲੋਕਾਂ ਨੂੰ ਜਿਹੜੇ ਇਸ ਆਈਲੈਂਡ ਦਾ ਕਬੀਲਾ ਆ ਇਹਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਇਹ ਰਾਏ ਆ ਕਿ ਇਹਨਾਂ ਦੇ ਨਾਲ ਵੱਖ ਵੱਖ ਸਮੇਂ 'ਤੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਸਮਾਜ ਵਿੱਚ ਮਿਲਾਇਆ ਜਾਵੇ। ਜੋ ਅਸੀਂ ਵਿਗਿਆਨਕ ਤੌਰ 'ਤੇ ਜੋ ਵੀ ਸਾਨੂੰ ਵਿਗਿਆਨ ਨੇ ਤੋਹਫੇ ਦਿੱਤੇ ਆ ਜਾਂ ਅਸੀਂ ਸਮਾਜ ਵਿੱਚ ਵਿਚਰ ਰਹੇ ਹਾਂ, ਜੋ ਸਾਡੇ ਕੋਲ ਆ ਉਹ ਚੀਜ਼ਾਂ ਅਸੀਂ ਇਹਨਾਂ ਨੂੰ ਵੀ ਦਈਏ, ਇਹਨਾਂ ਨੂੰ ਸਮਾਜ ਵਿੱਚ ਮਿਲਾਈਏ। ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਨਹੀਂ, ਇਹ ਜਿਸ ਟਾਪੂ 'ਤੇ ਰਹਿੰਦੇ ਨੇ ਇਹ ਆਪਣੀ ਦੁਨੀਆ ਵਿੱਚ ਖੁਸ਼ ਆ, ਇਹਨਾਂ ਨੂੰ ਉੱਥੇ ਹੀ ਰਹਿਣ ਦੇਣਾ ਚਾਹੀਦਾ ਹੈ, ਕਿਉਂਕਿ ਬਾਹਰਲੀ ਦੁਨੀਆ ਇਹਨਾਂ ਦੇ ਵਾਸਤੇ ਸਹਿਣ ਕਰਨ ਯੋਗ ਨਹੀਂ ਆ, ਇਹ ਜ਼ਿੰਦਾ ਨਹੀਂ ਰਹਿ ਸਕਦੇ। ਕਿਉਂਕਿ ਇੱਕ ਵਾਰ ਜਦੋਂ ਅੰਗਰੇਜ਼ਾਂ ਨੇ ਗ੍ਰੇਟ ਅੰਡੇਮਾਨੀਜ਼ ਕਬੀਲੇ ਦੇ ਲੋਕਾਂ ਦੇ ਨਾਲ ਪਹਿਲੀ ਵਾਰ ਸੰਪਰਕ ਬਣਾਇਆ ਸੀ ਤਾਂ ਉਦੋਂ ਉਸ ਕਬੀਲੇ ਦੇ 5,000 ਲੋਕ ਸੀ, ਜਿਹੜੇ ਕਿ ਅੱਜ ਘੱਟ ਕੇ ਸਿਰਫ 43 ਰਹਿ ਚੁੱਕੇ ਨੇ। ਸੋ ਇਹਨਾਂ ਟ੍ਰਾਈਬਸ ਦੇ ਜਿਹੜੇ ਲੋਕ ਆ, ਟਾਪੂ ਦੇ ਲੋਕ ਆ ਜਿਨ੍ਹਾਂ ਨੂੰ ਆਦਿਵਾਸੀ ਵੀ ਕਹਿ ਦਿੱਤਾ ਜਾਂਦਾ ਆ, ਇਹਨਾਂ ਨੂੰ ਉਸੇ ਹੀ ਰਹਿਣ ਸਹਿਣ ਦੇ ਅਨੁਸਾਰ ਇਹਨਾਂ ਨੂੰ ਉੱਥੇ ਇਹਨਾਂ ਦੀ ਦੁਨੀਆ ਦੇ ਵਿੱਚ ਹਾਲ ਵਿੱਚ ਛੱਡ ਦੇਣਾ ਹੀ ਸਹੀ ਸਮਝਿਆ ਜਾਂਦਾ ਹੈ। ਸੋ ਇੱਥੇ ਦੋ ਰਾਏ ਨੇ, ਇੱਕ ਉਹ ਨੇ ਜਿਹੜੇ ਕਹਿੰਦੇ ਕਿ ਇਹਨਾਂ ਨੂੰ ਬਾਹਰਲੀ ਦੁਨੀਆ ਦਿਖਾਉਣੀ ਚਾਹੀਦੀ ਹੈ, ਸਾਡੇ ਸਮਾਜ ਵਿੱਚ ਮਿਲਾਉਣਾ ਚਾਹੀਦਾ, ਇੱਕ ਉਹ ਜਿਹੜੇ ਕਹਿੰਦੇ ਨੇ ਕਿ ਨਹੀਂ, ਇਹ ਜਿਸ ਤਰ੍ਹਾਂ ਰਹਿੰਦੇ ਨੇ ਜਿਵੇਂ ਵੀ ਇਹ ਆਪਣਾ ਜੀਵਨ ਬਸਰ ਕਰਦੇ ਨੇ ਇਹਨਾਂ ਨੂੰ ਉੱਥੇ ਛੱਡ ਦੇਣਾ ਚਾਹੀਦਾ ਆ। ਸੋ ਤੁਸੀਂ ਦੋਹਾਂ ਵਿੱਚੋਂ ਕਿਹੜੀ ਰਾਏ ਵੱਲੋਂ ਆਪਣੇ ਜਿਹੜੇ ਵਿਚਾਰ ਆ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਰੱਖਣਾ ਨਾ ਭੁੱਲਣਾ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਵੀ ਨਾ ਭੁੱਲਣਾ।